ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵੱਡੀ ਖਬਰ ਹੈ ਮੇਰੇ ਪਿੱਛੇ, ਤੁਸੀਂ ਦੇਖ ਸਕਦੇ ਹੋ, ਅੱਜ ਦੀ ਬ੍ਰੇਕਿੰਗ ਨਿਊਜ਼ ਹੀ ਕਹਿ ਸਕਦੇ ਹਾਂ ਆਪਾਂ ਇਹਨੂੰ। ਬ੍ਰੈਂਪਟਨ ਦੇ ਇੱਕ ਰੀਅਲ ਇਸਟੇਟ ਏਜੰਟ ਨੂੰ 7 ਸਾਲ ਦੀ ਸਜ਼ਾ ਸੈਂਟੈਂਸ ਹੋਈ ਹੈ ਅਤੇ ਉਸ ਤੋਂ ਬਾਅਦ ਡੈਪੋਟੇਸ਼ਨ, ਬਿਕੋਜ਼ ਉਹਨਾਂ ਦੇ ਲਗੇ ਦੇ ਵਿੱਚੋਂ 13.7 ਕਿਲੋ ਅਫੀਮ ਬਰਾਮਦ ਹੋਈ ਸੀ। ਸੋ ਪੂਰੀ ਖਬਰ ਤੁਹਾਨੂੰ ਦੱਸਦਾ ਆਰਟੀਕਲ ਦੇ ਵਿੱਚ ਕੀ ਲਿਖਿਆ ਹੋਇਆ। ਬ੍ਰੈਂਪਟਨ ਗਾਰਡੀਅਨ ਅਖਬਾਰ ਦਾ ਆਰਟੀਕਲ ਹੈ ਮੇਰੇ ਪਿੱਛੇ, ਤੁਸੀਂ ਲੱਗਿਆ ਹੋਇਆ ਰੈਫਰੈਂਸ ਵਾਸਤੇ। ਅਲੈਗਜ਼ੈਂਡਰਾ ਹੈਕ ਨੇ ਖਬਰ ਲਿਖੀ ਹੈ, ਅੱਜ 24 ਅਗਸਤ ਵੀਰਵਾਰ ਦੀ ਖਬਰ ਹੈ। ਸੋ ਜਿਹੜੀ ਨਿਤਿਸ਼ ਵਰਮਾ ਨਾਮ ਦੇ ਜਿਹੜੇ ਵਿਅਕਤੀ ਕੋਲੋਂ ਅਫੀਮ ਬਰਾਮਦ ਹੋਈ, ਟੋਰਾਂਟੋ ਇੰਟਰਨੈਸ਼ਨਲ ਜਿਹੜਾ ਪੀਅਰਸਨ ਏਅਰਪੋਰਟ ਹੈ ਉੱਥੇ ਉਹਨਾਂ ਦੇ ਟੈਚੀ ਦੇ ਵਿੱਚੋਂ ਸਟਾਫ ਵੱਲੋਂ ਬਰਾਮਦ ਕੀਤੀ ਗਈ। ਸੋ ਐਜ਼ ਪਰ ਜੱਜਮੈਂਟ, ਅਕੋਰਡਿੰਗ ਟੂ ਜੱਜਮੈਂਟ ਰਿਲੀਜ਼ ਬਾਏ ਜਸਟਿਸ ਲੁਸੀਲ ਸ਼ੋ, ਉਹਨਾਂ ਨੇ ਕਿਹਾ ਵਾ ਕਿ ਜੂਰੀ ਸੈਡ ਦੈਟ 34-year-old 34 ਸਾਲ ਦੇ ਨਿਤਿਸ਼ ਵਰਮਾ ਗਿਲਟੀ ਫੋਰ ਇੰਪੋਰਟਿੰਗ ਓਪੀਅਮ ਔਨ ਮਾਰਚ 6। ਬਾਕੀ ਜੱਜ ਸਾਹਿਬ ਨੇ ਲਿਖਿਆ ਕਿ ਨਿਤਿਸ਼ ਵਰਮਾ ਵਾਜ਼ ਅਰੈਸਟਡ ਔਨ ਅਗਸਤ 4, 2019। ਇਸ ਡਰੱਗ ਦੀ ਐਸਟੀਮੇਟਡ ਸਟਰੀਟ ਵੈਲਿਊ ਜੋ ਇਸ ਅਖਬਾਰ ਦੇ ਆਰਟੀਕਲ 'ਚ ਮੈਨਸ਼ਨ ਹੈ ਉਹ ਹੈਗੀ ਹੈ ਜੀ $2,94,000 ਤੋਂ $9,36,000, ਮਿਲੀਅਨ ਦੇ ਨੇੜੇ ਤੇੜੇ। ਸੋ ਮਿਸਟਰ ਵਰਮਾ ਨੇ ਕੋਰਟ ਦੇ ਵਿੱਚ ਆਰਗਿਊ ਵੀ ਕੀਤਾ ਕਿ ਉਹ ਕਹਿੰਦੇ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਮਠਿਆਈ ਦੇ ਡੱਬਿਆਂ ਦੇ ਵਿੱਚ ਅਫੀਮ ਹੈ, ਅਤੇ ਉਹ ਕਹਿੰਦੇ ਕਿ ਉਹਨਾਂ ਦੇ ਮੁਤਾਬਕ ਇਹ ਕਿਸੇ ਫਰੈਂਡ ਵਾਸਤੇ ਰਿਕੁਐਸਟ 'ਤੇ, ਕਿਸੇ ਦੀ ਰਿਕੁਐਸਟ 'ਤੇ ਇੱਥੇ ਲੈ ਕੇ ਆਉਣਾ ਸੀ ਕੈਨੇਡਾ ਦੇਣ ਵਾਸਤੇ ਕਿਸੇ ਨੂੰ। ਸੋ ਜਿਹੜੀ ਅਪੀਲ ਅਗੇਂਸਟ ਕਨਵਿਕਸ਼ਨ ਵੀ ਜਿਹੜਾ ਹੈਗਾ ਉਹਦੇ ਬਾਰੇ ਮੈਨਸ਼ਨ ਹੈ, ਔਰ ਇੱਕ ਵਰਡ ਲਿਖਿਆ ਵੈਲੀਮੈਂਟਲੀ ਇਨੋਸੈਂਟ ਜਿਹੜਾ ਇਹ ਹੈਗੇ ਨੇ। ਐਜ਼ ਪਰ ਦੀ ਲੋਇਰ ਆਫ ਨਿਤਿਸ਼ ਵਰਮਾ ਮਾਰਕ ਹਾਫਯਾਰਡ ਨੇ ਕਿਹਾ ਵਾ ਕਿ ਮਿਸਟਰ ਵਰਮਾ ਦੀ ਐਡਵਾਂਟੇਜ ਲਈ ਗਈ ਬਾਏ ਅਨਸਕ੍ਰਪੂਲਸ ਪਰਸਨ, ਆ ਵਰਡ ਲਿਖਿਆ ਵਾ, ਅਤੇ ਉਹ ਵਿਕਟਮ ਨੇ ਉਹਨਾਂ ਦੇ ਟੈਚੀ ਦੇ ਵਿੱਚ, ਲਗੇ ਦੇ ਵਿੱਚ ਡਰੱਗਸ ਜਿਹੜੇ ਆ ਪਲਾਂਟ ਕੀਤੇ ਗਏ। ਸੋ ਉਹਨਾਂ ਨੇ ਜੱਜ ਸਾਹਿਬ, ਜਿਹੜੇ ਵਕੀਲ ਸਾਹਿਬ ਨੇ ਮਿਸਟਰ ਵਰਮਾ ਦੇ, ਉਹਨਾਂ ਨੇ, ਮਿਸਟਰ ਮਾਰਕ ਨੇ ਕਿਹਾ ਵਾ ਕਿ ਉਹਨਾਂ ਨੇ ਇਸ ਦਿਨ ਦੀ ਵੇਟ ਕੀਤੀ ਹੈ ਬਿਫੋਰ ਹੁਣ ਅੱਗੇ ਜਿਹੜਾ ਵਾ ਅਪੀਲ ਜਿਹੜੀ ਆ ਕੋਰਟ ਆਫ ਅਪੀਲ ਫੋਰ ਓਨਟਾਰੀਓ ਦੇ ਵਿੱਚ ਚੈਲੇਂਜ ਕਰਨਗੇ ਇਸ ਕਨਵਿਕਸ਼ਨ ਨੂੰ। ਜੱਜ ਸਾਹਿਬ ਨੇ ਇਹ ਵੀ ਲਿਖਿਆ ਕਿ ਕੋਈ ਵੀ ਐਸਾ ਸਬੂਤ ਨਹੀਂ ਮਿਲਿਆ ਹੈਗਾ ਅਗੇਂਸਟ ਮਿਸਟਰ ਵਰਮਾ ਕਿ ਉਹਨਾਂ ਦੇ ਪਹਿਲਾਂ ਕਿਸੇ ਡਰੱਗ ਟੈਫਿਕਰਸ ਨਾਲ ਕਨੈਕਸ਼ਨ ਹੋਣ। ਮੋਰਓਵਰ ਮਿਸਟਰ ਵਰਮਾ ਦੇ ਦੋਸਤਾਂ ਨੇ ਔਰ ਪਰਿਵਾਰ ਨੇ ਬਹੁਤ ਸਾਰੇ ਲੈਟਰ ਲਿਖੇ ਆ ਸਪੋਰਟ ਦੇ ਵਿੱਚ ਟੂ ਜੱਜ ਸਾਹਿਬ ਕਿ ਇਨੋਸੈਂਟ ਨੇ, ਇਹਨਾਂ ਦਾ ਕੋਈ ਵੀ ਬੈਕ ਹਿਸਟਰੀ ਇੱਦਾਂ ਦੀ ਨਹੀਂ ਹੈਗੀ, ਕੋਈ ਵੀ ਕ੍ਰਾਈਮ ਇਹਨਾਂ ਨੇ ਨਹੀਂ ਕੀਤਾ। ਸੋ ਮਿਸਟਰ ਵਰਮਾ ਨੇ ਕੋਰਟ ਦੇ ਵਿੱਚ ਕਿਹਾ ਕਿ ਉਹ ਇੰਡੀਆ ਗਏ ਸੀਗੇ ਟ੍ਰਿਪ 'ਤੇ, ਅਤੇ ਉਹਨਾਂ ਦੀ ਸਿਸਟਰ ਵਾਸਤੇ ਹਸਬੈਂਡ ਲੱਭ ਰਹੇ ਸੀ ਵਿਆਹ ਵਾਸਤੇ। ਸੋ ਜਦੋਂ ਵਾਪਸ ਆ ਰਹੇ ਸੀ ਦਿੱਲੀ ਏਅਰਪੋਰਟ 'ਤੇ ਸੀਗੇ, ਉੱਥੇ ਉਹਨਾਂ ਨੂੰ ਕੋਈ ਮਿਲਿਆ, ਉਹਨੇ ਰਿਕੁਐਸਟ ਕੀਤੀ ਕਿ ਮੇ ਬੀ ਉਹਦੇ ਕੋਲ ਸਮਾਨ ਜ਼ਿਆਦਾ ਵਾ ਅਤੇ ਤੁਸੀਂ ਪਲੀਜ਼ ਆ ਮਿਠਾਈ ਦੇ ਡੱਬੇ ਆ ਤੁਸੀਂ ਕੈਨੇਡਾ ਲੈ ਜਾਓ, ਅਤੇ ਮਿਸਟਰ ਵਰਮਾ ਨੇ ਉਹ ਰੱਖ ਲਏ। ਸੋ ਇਹ ਤਾਂ ਚਲੋ ਏਅਰਪੋਰਟ ਤੋਂ ਕਨਫਰਮ ਹੋ ਜੂਗਾ, CCTV ਲੱਗੇ ਹੁੰਦੇ ਆ। ਬਾਕੀ ਮਿਸਟਰ ਵਰਮਾ ਜਿਹੜੇ ਨੇ PR ਨੇ, ਕੈਨੇਡਾ 1 ਸਾਲ ਪਹਿਲਾਂ ਹੀ ਮੂਵ ਹੋਏ ਸੀਗੇ। ਉਸ ਤੋਂ ਪਹਿਲਾਂ 2013 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੈਨਿਕਾ ਕਾਲਜ ਤੋਂ, ਐਂਡ ਇਸ ਤੋਂ ਪਹਿਲਾਂ ਰੋਜਰ ਅਤੇ ਬੈਲ ਨਾਲ ਕੰਮ ਕਰ ਚੁੱਕੇ ਨੇ, ਰੀਅਲ ਇਸਟੇਟ ਏਜੰਟ ਬਣਨ ਤੋਂ ਪਹਿਲਾਂ ਬੈਲ ਅਤੇ ਰੋਜਰ 'ਚ ਕੰਮ ਕਰ ਚੁੱਕੇ। ਸੋ ਈਵਨ 2021 ਦੀ ਇਲੈਕਸ਼ਨ ਦੇ ਵਿੱਚ ਮਿਸਟਰ ਵਰਮਾ ਨੇ ਵਾਲੰਟੀਅਰ ਵੀ ਕੀਤਾ ਫੋਰ ਲਿਬਰਲ ਪਾਰਟੀ। ਸੋ ਇਸ ਤੋਂ ਬਾਅਦ ਜੱਜਮੈਂਟ, ਜੱਜ ਸਾਹਿਬ ਨੇ ਜੱਜਮੈਂਟ ਦੇ ਵਿੱਚ ਇਹ ਵੀ ਕਿਹਾ ਕਿ ਇਸ ਕ੍ਰਾਈਮ ਦੇ ਵਿੱਚ ਮਿਸਟਰ ਵਰਮਾ ਵਾਜ਼ ਨੋਟ ਪ੍ਰਿੰਸੀਪਲ, ਉਹ ਪ੍ਰਿੰਸੀਪਲ ਨਹੀਂ ਸੀ, ਮੇਨ ਨਹੀਂ ਸੀਗੇ ਉਹ, ਬਟ ਕੁਰੀਅਰ ਸੀ। ਸੋ ਜਦੋਂ ਉਹਨਾਂ ਨੇ ਸੈਂਟੈਂਸ ਲਿਖਿਆ ਉਹਦੇ ਵਿੱਚ ਲਾਈਨ ਮੈਨਸ਼ਨ ਹੈ, ਅਤੇ ਮੋਰਓਵਰ ਮਿਸਟਰ ਵਰਮਾ ਦਾ ਇਹ ਪਹਿਲਾ ਅਫੈਂਸ ਹੈ, ਅਤੇ ਨਾਲ ਉਹਨਾਂ ਨੇ ਲਿਖਿਆ ਕਿ ਕੌਮਾ ਪਾ ਕੇ ਵੀ ਹੀ ਹੈਡ ਬ੍ਰਾਈਟ ਫਿਊਚਰ ਇਨ ਕੈਨੇਡਾ। ਹੁਣ ਆਫਟਰ ਜਿਹੜਾ ਇਹ ਸੈਂਟੈਂਸ ਕੰਪਲੀਟ ਹੋ ਗਿਆ ਇਨ ਕੇਸ, ਤਾਂ ਫਿਰ ਮਿਸਟਰ ਵਰਮਾ ਨੂੰ ਡੈਪੋਟੇਸ਼ਨ ਫੇਸ ਕਰਨੀ ਪਊਗੀ ਬਿਕੋਜ਼ ਉਹ ਸਿਟੀਜ਼ਨ ਨਹੀਂ ਹੈਗੇ। ਸੋ ਹੁਣ ਦੇਖੋ ਇਹਦੇ ਵਿੱਚ ਇੱਕ ਗੱਲ ਮੋਟੀ ਮੋਟੀ ਸਾਫ਼ ਸਮਝ ਆਉਂਦੀ ਹੈ ਵੀ ਇਹ ਬੜਾ ਕਾਮਨ ਪਹਿਲਾਂ ਹੁੰਦਾ ਰਿਹਾ, ਅੱਜ ਕੱਲ੍ਹ ਤਾਂ ਕੋਈ ਵੀ ਕਿਸੇ ਦਾ ਸਮਾਨ ਛੇਤੀ ਲੈ ਕੇ ਨਹੀਂ ਆਉਂਦਾ। ਬਾਕੀ ਪਤਾ ਨਹੀਂ ਸਿਚੁਏਸ਼ਨ ਕੀ ਬਣੀ ਉੱਥੇ, ਕੀ ਸੱਚ ਹੈਗਾ ਇਹਦੇ ਵਿੱਚ, ਕਿ ਕੌਣ ਕਸੂਰਵਾਰ ਹੈ, ਕਿਹਦੀ ਗਲਤੀ ਹੈ, ਤਾਂ ਹੁਣ ਵਰਮਾ ਜੀ ਜਾਂ ਰੱਬ ਜਾਣਦਾ ਵਾ। ਸੋ ਪਰ ਤੁਸੀਂ ਕਿਸੇ ਤੋਂ ਕੋਈ ਵੀ ਸਮਾਨ ਲੈਣਾ ਵਾ, ਕਿਰਪਾ ਕਰਕੇ ਅਵੋਇਡ ਕਰੋ ਪਹਿਲੀ ਗੱਲ, ਕਿਉਂਕਿ ਆਮ ਹੈ ਜਦੋਂ ਵੀ ਆਪਾਂ ਟਰੈਵਲ ਕਰਦੇ ਹਾਂ ਸਾਨੂੰ ਕਹਿੰਦੇ ਆ ਬਈ ਸਮਾਨ ਲੈ ਜਾਓ, ਸਮਾਨ ਲੈ ਜਾਓ। ਪਰ ਅੱਜ ਕੱਲ੍ਹ ਲੋਕ ਅਵੇਅਰ ਆ ਭਾਈ, ਛੋਟੇ ਤੋਂ ਛੋਟੀ ਡੱਬੀ ਵੀ ਖੋਲ੍ਹ ਕੇ ਚੈੱਕ ਕਰਦੇ, ਅੱਜ ਕੱਲ੍ਹ ਕੋਈ ਦਵਾਈਆਂ ਵੀ ਨਹੀਂ ਲੈ ਕੇ ਜਾਂਦਾ। ਇਹ ਤਾਂ ਬਹੁਤ ਸਾਰੇ ਡੱਬੇ ਸੀ ਟੈਚੀ ਦੇ ਵਿੱਚ, 13.5 ਕਿਲੋ ਫੀਮ ਥੋੜ੍ਹੀ ਨਹੀਂ ਹੁੰਦੀ। ਸੋ ਹੁਣ ਦੇਖਦੇ ਹਾਂ ਫਿਊਚਰ ਦੇ ਵਿੱਚ ਕੀ ਫੋਲੋ ਅਪ ਆਉਂਦਾ ਵਾ, ਪਰ ਇਸ ਤੋਂ ਸਿੱਖ ਲੈ ਲਓ ਕਿ ਕਿਸੇ ਦਾ ਸਮਾਨ ਨਾ ਕੀਤੀ ਚੰਗੀ ਹੈ। ਧੰਨਵਾਦ।